ਅੰਤਰਰਾਸ਼ਟਰੀ ਹਾਈਕੋ ਗਰੁੱਪ ਅਤੇ ਗੁਰੂ ਨਾਨਕ ਸੇਵਾ ਮਿਸ਼ਨ ਦੇ ਬੈਨਰ ਹੇਠ ਮਿਸ਼ਨ ਦੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਚੌਹਾਨ ਅਤੇ ਸਮੂਹ ਮੈਂਬਰਾਂ ਦੇ ਬੱਡਮੁੱਲੇ ਸਹਿਯੋਗ ਸਦਕਾ ਅੰਤਰਰਾਸ਼ਟਰੀ ਨਾਰੀ ਦਿਵਸ ਮੌਕੇ ਮੈਡਮ ਪਰਵਿੰਦਰ ਕੌਰ ਦੀ ਰਹਿਨਮਾਈ ਹੇਠ ਜਿੱਥੇ ਹਾਈਕੋ ਪੁਸਤਕ ਸੰਧਲੀ ਪੈੜਾਂ ਨਾਰੀ ਹਾਈਕੋ ਸੰਗ੍ਰਹਿ ਲੋਕ ਅਰਪਿਤ ਕੀਤੀ ਗਈ ਉੱਥੇ 13 ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਰਾਮਗੜੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਮੈਡਮ ਕਮਲਜੀਤ ਕੌਰ ਕਲਸੀ ਅਤੇ ਪੁਸਤਕ ਸੰਧਲੀ ਪੈੜਾਂ ਦੇ ਸੰਪਾਦਕ ਪਰਮਜੀਤ ਸਿੰਘ ਰਾਮਗੜੀਆ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਜਿੱਥੇ ਨਾਰੀ ਹਾਈਕੋ ਸੰਗ੍ਰਹਿ ਦੇ ਲੇਖਕਾਂ ਵੱਲੋਂ ਆਪਣੀ ਕਲਮ ਅਤੇ ਜੀਵਨ ਬਾਰੇ ਥੋੜ੍ਹਾ ਜ਼ਿਆਦਾ ਚਾਨਣਾ ਪਾਇਆ ਗਿਆ ਉੱਥੇ ਮੈਡਮ ਪਰਵਿੰਦਰ ਕੌਰ ਸੰਪਾਦਕ ਪਰਮਜੀਤ ਰਾਮਗੜੀਆ ਦੇ ਨਾਲ ਨਾਲ ਗੁਰੂ ਨਾਨਕ ਸੇਵਾ ਮਿਸ਼ਨ ਦੇ ਮੁੱਖ ਸੇਵਾਦਾਰ ਸੁਰਿੰਦਰ ਸਿੰਘ ਚੌਹਾਨ ਅਤੇ ਉਹਨਾਂ ਦੀ ਸਮੁੱਚੀ ਟੀਮ ਦਾ ਨਾਰੀ ਪ੍ਰਤੀ ਸਤਿਕਾਰ ਦੇਣ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ। ਅਮਰਪ੍ਰੀਤ ਦੇਹੜ ਰਾਏਗੜ ਤੋਂ। ਅੱਜ ਅੰਤਰਰਾਸ਼ਟਰੀ ਨਾਰੀ ਦਿਵਸ ਦੇ ਮੌਕੇ 'ਤੇ ਸਾਰੀਆਂ ਹੀ ਔਰਤ ਵਰਗ ਨੂੰ ਆਪਣੀਆਂ ਭੈਣਾਂ ਨੂੰ ਵਧਾਈ ਦਿੰਦੀ ਹਾਂ। ਅੱਜ ਦੇ ਇਸ ਮੌਕੇ 'ਤੇ ਨਾਰੀ ਸਪੈਸ਼ਲ ਸਾਡੀ ਇੱਕ ਕਿਤਾਬ ਸਾਂਝੀ ਕਿਤਾਬ ਸੰਧਲੀ ਪੈੜਾਂ ਰਿਲੀਜ਼ ਕਰਨ ਦਾ ਸਮਾਰੋਹ ਗੁਰੂ ਨਾਨਕ ਸੇਵਾ ਮਿਸ਼ਨ ਲੁਧਿਆਣਾ ਵੱਲੋਂ ਕੀਤਾ ਗਿਆ। ਮੈਂ ਵਰਜੀਤ ਖੁਰਮੀ ਬਠਿੰਡਾ ਤੋਂ ਆਈ ਹਾਂ। ਅੱਜ ਸਾਡੇ ਅੰਤਰਰਾਸ਼ਟਰੀ ਔਰਤ ਦਿਵਸ 'ਤੇ ਸਾਡੀ ਸਾਂਝੀ ਕਿਤਾਬ ਪਹਿਲਾਂ ਛਪੀ ਸੀ ਪੰਜਾਬੀ ਹਾਈਕੋ ਰਿਸ਼ਮਾ ਅਤੇ ਹੁਣ ਕਿਤਾਬ ਦਾ ਨਾਂ ਹੈ ਸੰਧਲੀ ਪੈੜਾਂ, ਜਿਸ ਦੇ ਵਿੱਚ ਸਾਡੇ ਸਾਰੀਆਂ ਭੈਣਾਂ ਦੇ ਹਾਈਕੂ ਛਪੇ ਹੋਏ ਨੇ ਅਤੇ ਅੱਜ ਇਸ ਦੀ ਘੁੰਡ ਚਕਾਈ ਕੀਤੀ ਹੈ ਗੁਰੂ ਨਾਨਕ ਸੇਵਾ ਮਿਸ਼ਨ ਵੱਲੋਂ। ਅਤੇ ਮੈਂ ਬਹੁਤ ਧੰਨਵਾਦੀ ਹਾਂ ਸਾਰੇ ਅਹੁਦੇਦਾਰਾਂ ਦੇ, ਸਾਰੀਆਂ ਭੈਣਾਂ ਦੇ ਅਤੇ ਪਰਮਜੀਤ ਵੀਰ ਜੀ ਹੋਰਾਂ ਦੇ, ਜਿਨ੍ਹਾਂ ਨੇ ਮੈਨੂੰ ਇਸ ਕਿਤਾਬ ਦੇ ਵਿੱਚ ਆਪਣੇ ਹਾਈਕੂ ਭੇਜਣ ਦਾ ਮੌਕਾ ਦਿੱਤਾ। ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ, ਗੁਰੂ ਨਾਨਕ ਦੇਵ ਜੀ ਦੀ ਇਸ ਪੰਕਤੀ ਨੂੰ ਮੁੱਖ ਰੱਖਦੇ ਹੋਏ ਗੁਰੂ ਨਾਨਕ ਸੇਵਾ ਮਿਸ਼ਨ ਦੇ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਗਿਆ। ਅੱਜ ਗੁਰੂ ਨਾਨਕ ਸੇਵਾ ਮਿਸ਼ਨ ਦਫ਼ਤਰ ਦੇ ਵਿੱਚ ਪੰਜਾਬ ਦੀਆਂ ਵੱਖ ਵੱਖ ਹਾਈਕੂਕਾਰਾਂ ਨੂੰ ਇਕੱਠੇ ਕਰਕੇ ਇੱਥੇ ਇੱਕ ਸੰਧਲੀ ਪੈੜਾਂ ਬੁੱਕ ਰਿਲੀਜ਼ ਕੀਤੀ ਗਈ ਹੈ ਅਤੇ ਗੁਰੂ ਨਾਨਕ ਸਾਹਿਬ ਦੇ ਉਸ ਹੋਕੇ ਨੂੰ ਸਾਬਿਤ ਕੀਤਾ ਗਿਆ। ਅਤੇ ਮੈਂ ਧੰਨਵਾਦ ਕਰਦੀ ਹਾਂ ਸਮੂਹ ਅਦਾਰੇ ਦਾ, ਸਾਰੀ ਕੌਮ ਨੂੰ ਮੈਂ ਵਧਾਈ ਦਿੰਦੀ ਹਾਂ। ਅੱਜ ਵੂਮਨ ਡੇ ਮਨਾਇਆ ਜਾ ਰਿਹਾ ਹੈ, ਔਰਤ ਨੂੰ ਜਿੱਥੇ ਲੋਕ ਪੈਰ ਦੀ ਜੁੱਤੀ ਸਮਝਦੇ ਸੀ ਪਰ ਗੁਰੂ ਨਾਨਕ ਦੇਵ ਜੀ ਦੀ ਇਸ ਰਾਹਾਂ 'ਤੇ ਚੱਲਣ ਦੇ ਲਈ, ਇਸ ਔਰਤ ਨੂੰ ਉੱਚਾ ਚੁੱਕਣ ਦੇ ਲਈ ਇਸ ਜਿਹੜੀ ਸੰਸਥਾ ਹੈ ਇਹਨੇ ਸਾਨੂੰ ਮਾਣ ਬਖਸ਼ਿਆ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਭ ਨੂੰ। ਸਭ ਤੋਂ ਪਹਿਲਾਂ ਤਾਂ ਨਾਰੀ ਦਿਵਸ ਦੀਆਂ ਸਾਰਿਆਂ ਨੂੰ ਮੈਂ ਵਧਾਈਆਂ ਦਿੰਦੀ ਹਾਂ ਅਤੇ ਬਾਕੀ ਜਿਹੜੀ ਸੰਧਲੀ ਪੈੜਾਂ ਕਿਤਾਬ ਛਪੀ ਹੈ ਅਤੇ ਉਹਦਾ ਉਹਨਾਂ ਦਾ ਸਿਹਰਾ ਸਾਰਾ ਪਰਮਜੀਤ ਸਰ ਦੇ ਅਤੇ ਜਸਵਿੰਦਰ ਸਿੰਘ ਗੁਰਪਾਲ ਜੀ ਅਤੇ ਬਾਕੀ ਸਾਡੇ ਗੁਰੂ ਨਾਨਕ ਮਿਸ਼ਨ ਸੇਵਾ ਮਿਸ਼ਨ ਦੇ ਪ੍ਰਧਾਨ ਜੀ ਨੂੰ ਜਾ ਰਿਹਾ ਹੈ ਅਤੇ ਮੈਂ ਸਾਰਿਆਂ ਨੂੰ ਹੀ ਵਧਾਈਆਂ ਦਿੰਦੀ ਹਾਂ ਅਤੇ ਸਾਨੂੰ ਇਹਨਾਂ ਨੇ ਥਾਂ ਬਖਸ਼ੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਸੁਖਵਿੰਦਰ ਰਿਸਮ ਪਟਿਆਲਾ ਤੋਂ। ਅੱਜ ਨਾਰੀ ਦਿਵਸ ਦੇ ਮੌਕੇ 'ਤੇ ਕਿਤਾਬ ਸੰਧਲੀ ਪੈੜਾਂ ਦੀ ਜੋ ਘੁੰਡ ਚੁਕਾਈ ਗੁਰੂ ਨਾਨਕ ਸੇਵਾ ਮਿਸ਼ਨ ਵੱਲੋਂ ਉਪਰਾਲਾ ਕੀਤਾ ਗਿਆ ਸੀ, ਬਹੁਤ ਬਹੁਤ ਧੰਨਵਾਦੀ ਹਾਂ ਮੈਂ ਗੁਰੂ ਨਾਨਕ ਸੇਵਾ ਮਿਸ਼ਨ ਦੀ ਅਤੇ ਬਹੁਤ ਜ਼ਿਆਦਾ ਵਧਾਈ ਦਿੰਦੀ ਹਾਂ ਸਾਰੀ ਹੀ ਔਰਤ ਵਰਗ ਨੂੰ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਕਵੀਰ ਕੌਰ ਜਲੰਧਰ ਤੋਂ। ਇੱਥੇ ਅਸੀਂ ਅੱਜ ਅੰਤਰਰਾਸ਼ਟਰੀ ਨਾਰੀ ਦਿਵਸ 'ਤੇ ਇਕੱਠੇ ਹੋਏ ਹਾਂ। ਸੰਧਲੀ ਪੈੜਾਂ ਨਾਂ ਦੇ ਜਿਹੜਾ ਆ ਹਾਈਕੂ ਸੰਗ੍ਰਹਿ ਛਪਿਆ ਨਾਰੀਆਂ ਦਾ, ਉਹਨੇ ਰਿਲੀਜ਼ ਸਮਾਰੋਹ ਕੀਤਾ ਗਿਆ ਜਿਹਦਾ ਸਾਰਾ ਸਿਹਰਾ ਇਹ ਜਾਂਦਾ ਆ ਸਾਡੇ ਸਰਦਾਰ ਪਰਮਜੀਤ ਸਿੰਘ ਜੀ ਨੂੰ, ਜਿਨ੍ਹਾਂ ਨੇ ਸੰਪਾਦਿਤ ਕੀਤੀ ਹੈ ਕਿਤਾਬ। ਅਤੇ ਅੱਜ ਜਿਹੜਾ ਰਿਲੀਜ਼ ਸਮਾਰੋਹ ਕਰਵਾਇਆ ਉਹਦਾ ਸਿਹਰਾ ਸਾਰਾ ਜਾਂਦਾ ਆ ਜੀ, ਜਿਨ੍ਹਾਂ ਦੇ ਲਈ ਮੈਂ ਧੰਨਵਾਦੀ ਵੀ ਹਾਂ ਗੁਰੂ ਨਾਨਕ ਮਿਸ਼ਨ ਦੇ, ਜਿਨ੍ਹਾਂ ਨੇ ਇਹ ਸਾਡੇ ਲਈ ਅੱਜ ਨਾਰੀ ਦਿਵਸ 'ਤੇ ਸਾਡਾ ਸਨਮਾਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਔਰਤ ਦਿਵਸ 'ਤੇ ਗੁਰੂ ਨਾਨਕ ਸੇਵਾ ਮਿਸ਼ਨ ਵੱਲੋਂ ਜਿੰਨੀਆਂ ਭੈਣਾਂ ਨੂੰ ਸਨਮਾਨਿਤ ਕੀਤਾ ਗਿਆ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਪਰਮਾਤਮਾ ਉਹਨਾਂ ਦੇ ਸਿਰ 'ਤੇ ਇੱਦਾਂ ਹੀ ਮਿਹਰ ਭਰਿਆ ਹੱਥ ਰੱਖੇ ਅਤੇ ਹਮੇਸ਼ਾ ਇੱਦਾਂ ਹੀ ਸਮਾਜ ਦੀ ਸੇਵਾ ਕਰਦੇ ਰਹਿਣ। ਅਤੇ ਅੱਜ ਅਸੀਂ ਨਾਰੀ ਦਿਵਸ ਦੇ ਉੱਤੇ ਇੱਥੇ ਸਾਰੇ ਇਕੱਤਰ ਹੋਏ ਹਾਂ ਕਿ ਜਿਹੜਾ ਅੱਜ ਨਾਰੀ ਦਿਵਸ ਸਾਡੇ ਸਾਰੀਆਂ ਭੈਣਾਂ ਨੇ ਇਹਦੀਆਂ ਬਹੁਤ ਬਹੁਤ ਵਧਾਈਆਂ ਵਾ, ਕਿਉਂਕਿ ਅੱਜ ਨਾਰੀ ਜਿਹੜੀ ਕਿ ਬਿਲਕੁਲ ਨਹੀਂ ਸੀ ਪੁੱਛੀ ਜਾਂਦੀ ਸੰਸਾਰ ਦੇ ਵਿੱਚ, ਅਤੇ ਅੱਜ ਨਾਰੀ ਨੂੰ ਬਹੁਤ ਸਨਮਾਨ ਮਿਲਿਆ। ਅਤੇ ਅੱਜ ਨਾਰੀ ਥੱਲੇ ਜ਼ਮੀਨ ਤੋਂ ਲੈ ਕੇ ਆਪਾਂ ਅਸਮਾਨ ਤੱਕ ਵੀ ਨਾਰੀ ਨੇ ਆਪਣੇ ਸਾਰੇ ਕੰਮਾਂ ਦੇ ਵਿੱਚ ਹਿੱਸਾ ਪਾਇਆ ਹੋਇਆ। ਅਤੇ ਨਾਰੀ ਏਕਤਾ ਇੱਦਾਂ ਹੀ ਬਣੀ ਰਹੇ ਫਿਰ ਸਮਾਜ ਹੋਰ ਉੱਪਰ ਜਾ ਸਕਦਾ।
ਅਤੇ ਨਾਰੀ ਇਸੇ ਤਰ੍ਹਾਂ ਆਪਣੇ ਕੰਮ ਕਰਦੀ ਰਹੇ ਅਤੇ ਫਿਰ ਅੱਜ ਜਿੰਨੀਆਂ ਵੀ ਇੱਥੇ ਕਵਿਤਰੀਆਂ ਇਕੱਠੀਆਂ ਹੋਈਆਂ ਸੀ ਗੁਰੂ ਨਾਨਕ ਸੇਵਾ ਮਿਸ਼ਨ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਅਤੇ ਉਹਨਾਂ ਸਾਰੀਆਂ ਕਵਿਤਰਾਂ ਨੂੰ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ। ਗੁਰੂ ਨਾਨਕ ਪਾਤਸ਼ਾਹ ਜੀ ਦੇ ਮਹਾਂਵਾਕ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਜੋ ਗੁਰੂ ਸਾਹਿਬ ਨੇ ਕਿਰਪਾ ਕੀਤੀ ਜਿੱਥੇ ਨਾਰੀ ਸਮਾਜ ਵਾਸਤੇ ਸਾਡੀਆਂ ਭੈਣਾਂ ਵਾਸਤੇ ਉਹਨਾਂ ਨੇ ਇਹ ਮਹਾਂਵਾਕ ਉਸਾਰ ਕੇ ਔਰਤ ਨੂੰ ਬਰਾਬਰਤਾ ਦਾ ਦਰਜਾ ਦਿੱਤਾ। ਸੋ ਅੱਜ ਅੰਤਰਰਾਸ਼ਟਰੀ ਨਾਰੀ ਦਿਵਸ ਦੇ ਉੱਤੇ ਜਿੱਥੇ ਗੁਰੂ ਨਾਨਕ ਸੇਵਾ ਮਿਸ਼ਨ ਵੱਲੋਂ ਅੱਜ ਦੇ ਦਿਨ ਉਹਨਾਂ ਭੈਣਾਂ ਵੱਲੋਂ ਜਿਹੜੀ ਨਾਰੀ ਦੇ ਉੱਤੇ ਕਿਤਾਬ ਲਿਖੀ ਗਈ ਸੀ ਉਹ ਬੜਾ ਮਾਣ ਮਹਿਸੂਸ ਕਰਦੇ ਹਾਂ ਗੁਰੂ ਨਾਨਕ ਸੇਵਾ ਮਿਸ਼ਨ ਦੀ ਸਮੁੱਚੀ ਟੀਮ ਵੱਲੋਂ। ਉਸ ਕਿਤਾਬ ਨੂੰ ਸਾਨੂੰ ਰਿਲੀਜ਼ ਕਰਨ ਦਾ ਮਾਣ ਮਹਿਸੂਸ ਹੋਇਆ ਮਿਲਿਆ ਔਰ ਅੱਜ ਦੇ ਦਿਨ ਉਹਨਾਂ ਸਾਰੀਆਂ ਭੈਣਾਂ ਨੂੰ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਅਤੇ ਸਾਹਿਤ ਦੇ ਖੇਤਰ ਦੇ ਵਿੱਚ ਵੱਡਾ ਯੋਗਦਾਨ ਪਾਇਆ ਸੀ ਉਹਨਾਂ ਨੂੰ ਗੁਰੂ ਨਾਨਕ ਸੇਵਾ ਮਿਸ਼ਨ ਦੀ ਸਮੁੱਚੀ ਟੀਮ ਵੱਲੋਂ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਗਿਆ ਔਰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਾਡਾ ਸਮਾਜ ਜਿਹੜਾ ਉਹ ਗੁਰੂ ਨਾਨਕ ਪਾਤਸ਼ਾਹ ਵੱਲੋਂ ਦਰਸਾਏ ਮਾਰਗ ਦੇ ਉੱਤੇ ਚੱਲਦੇ ਹਾਂ, ਜਿੱਥੇ ਔਰਤਾਂ ਦੀ ਸਨਮਾਨ ਮਾਣ ਨੂੰ ਬਹਾਲ ਕਰ ਸਕੀਏ, ਉੱਥੇ ਉਹਨਾਂ ਦੀ ਬੱਚਿਆਂ ਦੀ ਇੱਜ਼ਤਾਂ ਦੇ ਰਖਵਾਲੇ ਬਣਦੇ ਹੋਏ ਜੋ ਹੈ ਉਹ ਸਮਾਜ ਨੂੰ ਇੱਕ ਉੱਚੀ ਸੁੱਚੀ ਥਾਂ 'ਤੇ ਲੈ ਕੇ ਜਾਈਏ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ ਯੂਅਰ ਨਿਊਜ਼।